ਆਰ ਬਾਰ ਦੀ ਗੱਲ ਹੋਣੀ ਹੈ, ਦੁਕਾਨਾਂ ਦਿਓ ਤੇ ਦੁਕਾਨਾਂ ਤੋੜੋ, ਨਹੀਂ ਤੇ ਪਿਓ ਦੇ ਪੁੱਤਰੋ ਦੁਕਾਨਾਂ ਲੈ ਬਕੇ ਆ, ਤੁਸੀਂ ਆਉਣ ਨਹੀਂ ਦੇਣਾ। ਦੋਰੀ ਗੱਲ ਨਹੀਂ ਕਰਨੀ, ਬੁਲਡੋਜ਼ਰ ਭੇਜੀਏ, ਬੁਲਡੋਜ਼ਰ ਬੰਦ ਨਹੀਂ ਕਰਾਣੇ, ਬੁਲਡੋਜ਼ਰ ਦੀ ਅੱਗ ਲਾਈਏ, ਫੂਕੜ ਕੇ ਜਿਹੜਾ ਬੁਲਡੋਜ਼ਰ ਸਾਂਗਣ। ਅਸ ਆਖਦੇ 75 ਸਾਲ ਦਾ ਇਹ ਕਸ਼ਮੀਰੀ ਦਬਾਇਦਾ ਜੰਮੂ ਵਾਲੇ ਕੀ, ਤੇ ਮੈਂ ਤਾਂ ਆਖਦਾ ਹੁਣ ਇਹ ਅੰਗਰੇਜ਼ੀ ਸ਼ਾਸਨ ਲੱਗ ਪਿਆ ਚੱਲਣ। ਉਹ ਪਹਿਲੇ ਬਗਾਵਤ ਤਾਂ ਕਰਦੇ ਹਨ, ਕੋਈ ਅੰਗਰੇਜ਼ ਦੇ ਖਿਲਾਫ ਹੁੰਦੀ, ਹੁਣ ਬਗਾਵਤ ਕੋਹਦੇ ਘਰ ਖਿਲਾਫ ਕਰਨੀ ਹੈ, ਆਪਣੇ ਭਰਾ ਦੇ ਖਿਲਾਫ। ਇੱਕ ਗੱਲ ਸੁਣਾਈ, ਸਾਰੇ ਕੋਲ ਦੋਹਰਾ ਕੰਮ ਨਹੀਂ ਹੈ, ਪਹਿਲਾਂ ਬੁਲਡੋਜ਼ਰ ਭੇਜਣਾ, ਫਿਰ ਆਣੀਏ ਬੰਦ ਕਰਾਉਣਾ। ਅਗਰ ਕੋਈ ਪਿਓ ਦੇ ਪੁੱਤਰਾ ਦਮ ਹੈ, ਅਸੀਂ ਸੁਣਾਈਏ ਬੁਲਡੋਜ਼ਰ ਲਾਓ, ਜਾਂ ਅਸ ਨਹੀਂ ਤੇ ਜਾਂ ਬੁਲਡੋਜ਼ਰ ਲਾਣੇ ਵਾਲੇ ਨਹੀਂ ਹੈ, ਇਹ ਗੱਲ ਸੁਣਾਈ ਕਲੀਅਰ ਹੈ ਕੱਟ। ਅੱਜ ਐਲਜੀ ਦੀ ਸਾਰੀਆਂ ਪਾਵਰਾਂ ਦੇ ਜੀ ਦੀਆਂ, ਕਿਆ ਬੀਜੇਪੀ ਦਾ ਆਪਣਾ ਸਟੈਂਡ ਹੈ ਕੋਈ? ਅੱਜ ਬੀਜੇਪੀ ਦਾ ਆਪਣਾ ਕੋਈ ਸਟੈਂਡ ਨਹੀਂ ਆਇਆ, ਲੀਡਰ ਬੋਲੇ ਨੇ, ਇੱਕ ਵੀ ਲੀਡਰ ਨਹੀਂ ਬੋਲਿਆ। ਇੱਕ ਗੱਲ ਸੁਣਾਈ, ਸਾਰੇ ਕੋਲ ਦੋਹਰਾ ਕੰਮ ਨਹੀਂ ਹੈ, ਪਹਿਲਾਂ ਬੁਲਡੋਜ਼ਰ ਭੇਜਣਾ, ਫਿਰ ਆਣੀਏ ਬੰਦ ਕਰਾਉਣਾ। ਅਗਰ ਕੋਈ ਪਿਓ ਦੇ ਪੁੱਤਰਾ ਦਮ ਹੈ, ਅਸੀਂ ਸੁਣਾਈਏ ਬੁਲਡੋਜ਼ਰ ਲਾਓ, ਜਾਂ ਅਸ ਨਹੀਂ ਤੇ ਜਾਂ ਬੁਲਡੋਜ਼ਰ ਲਾਣੇ ਵਾਲੇ ਨਹੀਂ ਹੈ, ਇਹ ਗੱਲ ਸੁਣਾਈ ਕਲੀਅਰ ਹੈ ਕੱਟ। ਜਾਂ ਤਾਂ ਫਿਰ ਆਰ ਪਾਰ ਦੀ ਲੜਾਈ ਹੋਊ, ਇੱਕ ਵਾਰੀ ਫਿਰ ਬੰਬਾ ਬੋਲੇ ਬਣਨਾ ਚਾਹੁੰਦੇ, ਚਲਣ ਬਣਾਉਣਾ ਚਾਹੁੰਦੇ ਨੇ। ਦੁਕਾਨਾਂ ਦਿਓ ਤੇ ਦੁਕਾਨਾਂ ਤੋੜੋ, ਲੇਕਿਨ ਇਹ ਕੰਮ ਨਹੀਂ ਚੱਲਣਾ ਭਾਈ, ਪਹਿਲਾਂ ਡੀਪ ਕੰਮ ਕਰਨਾ, ਸੈਟਿੰਗ ਕਰੀਏ, ਇੱਥੇ ਬੁਲਡੋਜ਼ਰ ਭੇਜਣੇ, ਫਿਰ ਲੋਕਾਂ ਵਾਲਾ ਆਰ ਬੋਲੀ ਵਾਲੀ ਆਖਣਾ ਬੁਲਡੋਜ਼ਰ ਬੰਦ ਕਰੋ, ਅਸੀਂ ਬੋਰਡ ਦੇ ਉੱਤੇ ਦੁਕਾਨਾਂ ਦੋ ਕੇ ਨਾ, ਦੁਕਾਨ ਦਾ ਬਦਲਾ ਦੁਕਾਨ ਨਹੀਂ ਦੇ। ਇਹ ਜਿਹੜੇ ਲੋਕ ਕੋਈ ਮੋਚੀ ਦਾ ਕੰਮ ਕਰਦਾ, ਕੋਈ ਪੈਂਚਰ ਦਾ ਕੰਮ ਕਰਦਾ, ਕੋਈ ਗੁੱਡੀਆਂ ਵੇਚਾਂ ਦਾ, ਇਹ ਕੋਈ ਕਰੋੜਾਂ ਰੁਪਏ ਦਾ ਕੰਮ ਨਹੀਂ ਕਰਾ ਦੇ, ਫਰੂਟ ਦਾ ਕੰਮ ਕਰਾ ਦਿੰਦੀ, ਦੁਕਾਨਾਂ ਬੰਦ ਹੋ ਗਈਆਂ, ਇਹ ਕੰਮ ਨਹੀਂ ਚੱਲਣਾ, ਇਹ ਕੰਮ ਨਹੀਂ ਚੱਲਣਾ। ਮਾਰੇ ਪੂਰੇ ਯੂਪੀ ਬਿਹਾਰ ਦੇ ਲੋਕਾਂ ਰੇੜੀਆਂ ਲਾ ਦੇਣ, ਜਿਹੜੇ 40-40 ਹਜ਼ਾਰ 50-50 ਹਜ਼ਾਰ ਮਹੀਨੇ ਦਾ ਕਮਾ ਦੇਣ, ਲੇਕਿਨ ਅੱਜ ਸਾਡੀ ਦੁਕਾਨਾਂ ਦਾ ਮੁੱਲ 40 ਹਜ਼ਾਰ ਇਹ ਗੌਰਮੈਂਟ ਪਾ ਦੀ ਹੈ, ਇਹਦੇ ਕੋਲ ਬੜਾ ਘਟੀਆ ਮਜ਼ਾਕ ਕੋਈ ਨਹੀਂ ਹੈ। ਮੈਂ ਸਰਕਾਰ ਕੀ ਸਾਖ ਸਬਦੇ ਇੰਨੀ ਗੱਲ ਆਖਣਾ, ਦੁਕਾਨ ਦਾ ਬਦਲਾ ਦੁਕਾਨ ਚਾਹੀਦੀ, ਯੁਵਾ ਰਾਜਪੂਤ ਸਭਾ ਦੇ ਨਾਤੇ ਅਸੀਂ ਇਹਦੇ ਕੰਨੇ ਖੜੋਈਦੇ ਹਾਂ। ਤੋ ਆਰ ਬਾਰ ਦੀ ਗੱਲ ਹੋਣੀ ਹੈ, ਦੁਕਾਨਾਂ ਦਿਓ ਤੇ ਦੁਕਾਨਾਂ ਤੋੜੋ, ਨਹੀਂ ਤੇ ਪਿਓ ਦੇ ਪੁੱਤਰੋ ਦੁਕਾਨਾਂ ਲੈ ਬਕੇ ਆ, ਤੁਸੀਂ ਆਉਣ ਨਹੀਂ ਦੇਣਾ। ਕਿਉਂ? ਮੇਰੀ ਗੱਲ ਸੁਣੋ, ਜੰਮੂ ਦਾ ਜਹਾਜ਼ ਜਿਹੜਾ 1-1 ਕਰੋੜ ਰੁਪਏ ਖਰਚਾ ਹੋਇਆ ਸਿੱਧਾ ਯੂਪੀ ਜਾ ਦਾ, ਇਹਦੇ ਲੋਕਾਂ ਵਾਸਤੇ 10 ਮਰਲੇ ਜਗ੍ਹਾ ਨਹੀਂ ਹੈ ਜੰਮੂ ਦੇ, ਜੰਮੂ ਵਿੱਚ ਕੀ ਕਰੇ ਐਡਮਿਨਿਸਟ੍ਰੇਸ਼ਨ? ਫਿਰ ਬੰਬਾ ਬੋਲੇ ਵਾਲਾ ਘੱਟ ਕੰਮ ਨਹੀਂ ਹੋਣਾ, ਮੈਂ ਤੇ ਅੱਜ ਵੀ ਸੁਣਾ ਦਾ ਕਿ ਜੰਮੂ ਦੇ ਡੋਗਰੇ ਕੀ ਚੱਕੀਆਂ ਕਰ ਲੈ ਪੀਸਣਾ ਬੰਦ ਕਰੋ, ਜਾਂ ਸ੍ਰੀਨਗਰ ਦੇ ਵਿੱਚ 12-12 ਵਜੇ ਤੁਹਾਡੀ ਯਾਤਰੂ ਕਰਾਂ ਦੇ, ਕਿੱਥੇ ਤੁਸੀਂ ਲੋਕਾਂ ਦੀ ਦੁਕਾਨਾਂ ਨਹੀਂ ਕਰਨ ਦਿਆ ਦੇ, ਇਹ ਕਿਹੜੀ ਰਾਜਨੀਤੀ ਹੋ ਜੀ? ਨਹੀਂ ਤੋਂ ਸੁਣਾਓ, ਇਹ ਕਿਹੜਾ ਇਨਸਾਫ ਹੈ? ਐਲਜੀ ਸਾਹਿਬ ਅੱਖਾਂ ਖੋਲੋ ਤੇ ਜੰਮੂ ਵਾਲੀ ਵਖੀ ਦੇਖੋ, ਜੰਮੂ ਦੇ ਲੋਕਾਂ ਦੀ ਬਰਬਾਦ ਗੱਲ ਹੀ ਕਰਾ ਦਿਓ। ਅਸ ਆਖਦੇ 75 ਸਾਲ ਦਾ ਇਹ ਕਸ਼ਮੀਰੀ ਦਬਾਇਦਾ ਜੰਮੂ ਵਾਲੇ ਕੀ, ਤੇ ਮੈਂ ਤਾਂ ਆਖਦਾ ਹੁਣ ਇਹ ਅੰਗਰੇਜ਼ੀ ਸ਼ਾਸਨ ਲੱਗ ਪਿਆ ਚੱਲਣ। ਉਹ ਪਹਿਲੇ ਬਗਾਵਤ ਤਾਂ ਕਰਦੇ ਹਨ, ਕੋਈ ਅੰਗਰੇਜ਼ੀ ਦੇ ਖਿਲਾਫ ਹੁੰਦੀ, ਹੁਣ ਬਗਾਵਤ ਕੋਹਦੇ ਘਰ ਖਿਲਾਫ ਕਰਨੀ ਹੈ, ਆਪਣੇ ਭਰਾ ਦੇ ਖਿਲਾਫ। ਵਿਸਾਖੀਆਂ ਲੈਣਾ ਸਾਰਾ ਛੱਡਿਓ, ਕਿਉਂਕਿ ਲੋਕੇ ਦੁੱਗੇ ਦੇ ਮੁੰਡੇ ਬੰਦੂਕ ਆਏ ਕਿੰਨੇ ਜਰਗੇ ਚਲਾਣੀ ਹੈ, ਆਪਣੇ ਪੈਰਾਂ ਖੜੋਵੇ। ਇਹ ਲੀਡਰ ਜਿਹੜੇ ਸਾਡੇ ਆਏ ਬਣਾਏ ਦੇ ਲੀਡਰ ਨਾ, ਸਾਡੇ ਚੁਣੇ ਲੀਡਰ, ਇਹ ਸਾਡੇ ਕੰਮ ਨਹੀਂ ਆਉਣੇ, ਕਿਉਂਕਿ ਇਹਦਾ ਆਪਣਾ ਕੋਈ ਸਟੈਂਡ ਨਹੀਂ ਹੈ। ਅੱਜ ਐਲਜੀ ਦੀ ਸਾਰੀਆਂ ਪਾਵਰਾਂ ਦੇ ਗਈ ਦੀਆਂ, ਕਿਆ ਬੀਜੇਪੀ ਦਾ ਆਪਣਾ ਸਟੈਂਡ ਹੈ ਕੋਈ? ਅੱਜ ਬੀਜੇਪੀ ਦਾ ਆਪਣਾ ਕੋਈ ਸਟੈਂਡ ਨਹੀਂ ਆਇਆ, ਲੀਡਰ ਬੋਲੇ ਨੇ, ਇੱਕ ਵੀ ਲੀਡਰ ਨਹੀਂ ਬੋਲਿਆ। ਦੇਖੋ ਜਿੰਨੇ ਚਿਰ ਅਸ ਇੱਥੇ ਬੈਠੇ ਨੇ, ਇੱਥੇ ਬੁਲਡੋਜ਼ਰ ਲਗਾ ਚੱਲਦੇ ਨੇ, ਯੁਵਾ ਰਾਜਪੂਤ ਸਭਾ ਇਹਦੇ ਕੰਨੇ ਖੋਤੀ ਦੀ ਹੈ। ਜਾਂ ਤਾਂ ਫਿਰ ਆਰ ਪਾਰ ਦੀ ਲੜਾਈ ਹੋਊ, ਇੱਕ ਵਾਰੀ ਫਿਰ ਬੰਬਾ ਬੋਲੇ ਬਣਨਾ ਚਾਹੁੰਦੇ, ਚਲਣ ਬਣਾਉਣਾ ਚਾਹੁੰਦੇ ਨੇ। ਪਹਿਲਾਂ ਕੋਲ ਬੀਜੇਪੀ ਦਾ ਤੁਸੀਂ ਮੰਨੋ ਜਾਂ ਨਹੀਂ ਮੰਨੋ, ਮੀ ਕੋ ਤੋਂ ਸੁਣਾਓ, ਅਗਰ ਸਾਰੀ ਪਾਵਰ ਐਲਜੀ ਦੇ ਅੰਦਰ, ਕਿਆ ਬੀਜੇਪੀ ਵਾਲੇ ਲੋਕਾਂ ਦੀ ਪਾਵਰਾਂ ਨਹੀਂ ਘੜਾਉਂਦੀਆਂ? ਸਾਡੇ ਲੋਕਾਂ ਦੀ ਗੱਲ ਕੋਨੇ ਕਰਨੀ ਹੈ? ਕੋਨੇ ਜੰਮੂ ਦੀ ਗੱਲ ਕਰਨੀ ਹੈ? ਮੈਂ ਉਹ ਪੁੱਛਣਾ ਚਾਹੁੰਦਾ, ਕਿਆ ਜੰਮੂ ਦਾ ਕੋਈ ਐਡਵਾਈਜ਼ਰ ਪੜ੍ਹੇ ਲਿਖਦਾ ਬੰਦਾ ਨਹੀਂ ਹੈ? ਉਹ ਜਿਹੜਾ ਜੰਮੂ ਦੇ ਗਰੀਬੀ ਦੀ ਗੱਲ ਸੁਣ ਸਕਿਆ? ਇਹਦੇ ਕੋਲ ਬਦਕਿਸਮਤੀ ਸਾਡੀ ਕੋਈ ਨਹੀਂ ਹੈ ਕਿ ਅੱਜ ਅਸ ਯੂਪੀ ਬਿਹਾਰ ਵਾਲੇ ਕੋਲ ਪੱਤਰ ਲਿਖ ਚੁੱਕੇ ਹਾਂ, ਸਾਡੀ ਗੱਲ ਸੁਣਨੇ ਵਾਲਾ ਕੋਈ ਨਹੀਂ ਹੈ। ਮੈਂ ਐਲਜੀ ਸਾਹਿਬ ਇਹ ਪੁੱਛਣਾ ਚਾਹੁੰਦਾ,
ਐਲਜੀ ਸਾਹਿਬ ਪੂਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੰਮੂ ਦੇ ਲੋਕ ਜੰਮੂ ਦੀ ਡੋਗਰੀ ਸੁਣਨ ਵਾਲਾ ਬੰਦਾ ਕਿਉਂ ਨਹੀਂ ਹੈ? ਕੋਨੇ ਦੇ ਗਰੀਬੇ ਲੋਕਾਂ ਦੀ ਗੱਲ ਸੁਣਨੀ ਹੈ, ਕੋਨੇ ਕਰਨੀ ਹੈ? ਮੈਂ ਇੱਕੋ ਗੱਲ ਕਰਨਾ ਚਾਹੁੰਦਾ, ਦੋਹਰੀ ਗੱਲ ਨਹੀਂ ਕਰਨੀ। ਬੁਲਡੋਜ਼ਰ ਭੇਜੀਏ, ਬੁਲਡੋਜ਼ਰ ਬੰਦ ਨਹੀਂ ਕਰਾਣੇ, ਬੁਲਡੋਜ਼ਰ ਅੱਗ ਲਾਈਏ, ਫੂਕੜ ਕੇ ਜਿੱਥੇ ਬੁਲਡੋਜ਼ਰ ਸਾਂਗਣ। ਯੂਆਰ ਰਾਜਪੂਤ ਸਭਾ ਸ਼ਾਨਾ ਬਿਸ਼ਾਨਾ ਦੇ ਲੋਕਾਂ ਨੇ ਖੜੋਤੀ ਦੀ।